ਬੀਸੀ ਸਰਕਾਰ ਹੁਣ ਤੁਹਾਨੂੰ ਪਤਾ ਕਿ ਐਨਡੀਪੀ ਲਗਭਗ ਤਿਆਰ ਸਰਕਾਰ ਬਣਾਉਣਾ ਇੱਕ ਟਰਮ ਜਿਹੜੀ ਆ ਕਮਬੈਕ ਕਿਡ ਵਰਤੀ ਜਾ ਰਹੀ ਹੈ ਇਸ ਵੇਲੇ ਗੈਰੀਬੈਗ ਦੇ ਲਈ ਗੈਰੀਬੈਗ ਤੁਹਾਨੂੰ ਪਤਾ ਕਿ ਕਮਬੈਕ ਕਿਡ ਇਹਨਾਂ ਨੂੰ ਕਿਹਾ ਜਾ ਰਿਹਾ ਕਿਉਂਕਿ ਪਹਿਲਾਂ ਇਹ ਸੀਟ ਜਿਹੜੀ ਆ ਹਾਰ ਗਈ ਸੀ ਗਿਲਫਰਡ ਵਾਲੀ ਸਰੀ ਗਿਲਫਰਡ ਵਾਲੀ ਬੀਸੀ ਕੰਜ਼ਰਵਟਿਵ ਦੇ ਉਮੀਦਵਾਰ ਅੱਗੇ ਚੱਲ ਰਹੇ ਸੀ ਜਿਹੜੀਆਂ ਇਲੈਕਸ਼ਨ ਨਾਈਟ ਸੀਗੀ ਉਹਦੇ ਨਾਲ ਜਿਹੜੇ ਸਾਰੇ ਸਮੀਕਰਨ ਬਦਲ ਗਏ ਸੀਗੇ ਤੇ ਹੁਣ ਜਦੋਂ 46 ਸੀਟਾਂ ਸੀਗੀਆਂ ਇਹਨਾਂ ਦੇ ਕੋਲ ਤੇ ਗੈਰੀਬੈਗ ਵਾਲੀ ਸੀਟ ਜਦੋਂ ਜਿੱਤ ਗਈ ਆ ਤੇ ਇਹਨਾਂ ਨੂੰ ਕਮਬੈਕ ਕਿੱਡ ਆ ਕਿਹਾ ਜਾ ਰਿਹਾ ਆ ਕਿਉਂਕਿ ਇਹਨਾਂ ਦੇ ਸੀਟ ਜਿੱਤਣ ਦੇ ਨਾਲ ਹੀ ਜਿਹੜੀ ਬੀਸੀ ਦੇ ਵਿੱਚ ਸਰਕਾਰ ਬਦਲ ਗਈ ਆ ਜਿਹੜੀ ਪਹਿਲਾਂ ਡਿਫੀਟ ਸੀਗਾ ਤੇ ਇਹ ਜਿਹੜੀ ਆਮ ਤੌਰ ਦੇ ਉੱਤੇ ਇਹ ਟਰਮ ਜਿਹੜੀ ਕਮਬੈਕ ਕਿੱਡ ਆ ਉਸ ਵਿਅਕਤੀ ਨੂੰ ਵਰਤੀ ਜਾਂਦੀ ਹੈ ਜਿਹੜਾ ਜਿਹੜਾ ਅਨਐਕਸਪੈਕਟਿਡ ਵਿਕਟਰੀ ਜਾਂ ਕਹਿ ਲਓ ਸਕਸੈਸ ਉਹਨੂੰ ਮਿਲ ਜੂ ਜੇ ਤੂੰ ਆਸ ਨਹੀਂ ਹੁੰਦੀ ਵੀ ਇਦਾਂ ਹੋ ਜੂਗਾ ਪਰ ਉਹ ਉਹ ਕੰਮ ਕਰ ਦਵੇ ਤਾਂ ਉਹ ਕਮਬੈਕ ਕਿੱਡ ਹੁਣ ਗੈਰੀਬੈਗ ਨੂੰ ਕਿਹਾ ਜਾ ਰਿਹਾ ਕਿਉਂਕਿ ਪਹਿਲਾਂ ਇਹ ਹਾਰ ਗਏ ਸੀ ਤੇ ਫਿਰ ਇੱਕਦਮ ਜਿਹੜੀ ਸਾਰੇ ਦੀ ਸਾਰੀ BC ਦੇ ਵਿੱਚ ਰਾਜਨੀਤੀ ਹੋਈ ਬਦਲ ਗਈ ਆ ਕਿਉਂਕਿ ਮੇਲਿੰਗ ਬੈਲਟs ਹੈਗੇ ਐਬਸੈਂਟੀ ਬੈਲਟs ਹੈਗੇ ਪਹਿਲਾਂ ਇਹ ਜਿਹੜੇ 27 ਵੋਟਾਂ ਦੇ ਨਾਲ ਹੁਣ ਜਿੱਤੇ ਆ ਤੇ ਐਨਡੀਪੀ ਮਤਲਬ ਆਪਣੀ ਮੈਜੋਰਿਟੀ ਉੱਥੇ ਜਜਲੇਚਰ ਦੇ ਵਿੱਚ ਉਹਨਾਂ ਨੇ ਬਣਾ ਲਈਆ 27 ਵੋਟ ਜਿਹੜਾ ਅ ਪਿੱਛੋਂ ਜਿਹੜੀਆਂ ਆਈਆਂ ਕਹਿ ਲਓ OBC ਦੇ ਪ੍ਰੀਮੀਅਰ ਨੇ ਮਤਲਬ ਡੇਵਿਡ এবੀ ਜਿਹੜੀ ਰੇਜ਼ਰ ਥਿਨ ਮжоਰਟੀ ਮਤਲਬ ਬਿਲਕੁਲ ਬੜੀ ਪੂਰੇ ਪੂਰੇ ਜਿੰਨੇ ਚਾਹੀਦੇ ਹੁੰਦੇ ਉਹਨਾਂ ਹੀ ਆ ਸੋ ਹਾਲਾਂਕਿ ਹਜੇ ਵੀ ਉੱਥੇ ਇਹ ਜੁਡੀਸ਼ੀਅਲ ਰੀਕਾਊਂਟ ਹੋਣਾ ਹੈ ਪਰ ਹੁਣ ਜਿਹੜੀ ਉਹਨਾਂ ਦੀ ਜਿੱਤ ਦੇ ਨਾਲ 27 ਇਹਨਾਂ ਦੇ ਕੋਲੇ ਹੋ ਗਈਆਂ 47 ਹੋ ਗਈਆਂ 93 ਦੇ ਵਿੱਚੋਂ ਗਰੀਬਖ ਸਾਬਕਾ ਆਰਸੀਐਮਪੀ ਆਫੀਸਰ ਆ ਤੇ ਪਹਿਲਾ 2017 ਦੇ ਵਿੱਚ ਚੁਣੇ ਗਏ ਸੀ ਤੇ ਜਿਹੜਾ ਐਨਡੀਪੀ ਦੇ ਨਾਲ ਇੱਕ ਨਵੀਂ ਕੌਕਸ ਦੇ ਨਾਮ ਵਿੱਚ ਜਦੋਂ ਉੱਥੇ ਗਏ ਆ ਤੇ ਹੁਣ ਜਿਹੜਾ ਹੈਗਾ ਇਹ ਕੰਜ਼ਰਵਟਿਵ ਕੈਂਡੀਡੇਟ ਨੂੰ ਉਸ ਦਿਨ ਰਾਤ ਨੂੰ ਹਾਰ ਰਹੇ ਸੀਗੇ ਪਰ ਮੇਲਨ ਬੈਲੈਂਸ ਤੇ ਹੋਰ ਸਾਰਾ ਕੁਝ ਜਦੋਂ ਇਹਨਾਂ ਦੇ ਕੋਲ ਪਹੁੰਚਿਆ ਤੇ ਉਹਦੇ ਤੋਂ ਬਾਅਦ ਇਹ ਮਤਲਬ ਜਿੱਤ ਇਹਨਾਂ ਦੀ ਦਰਜ ਕਰ ਲਈ ਗਈ ਦੂਜਾ ਸਰਕਾਰ ਦੇ ਵਿੱਚ ਹੁਣ ਸੰਕਟ ਇਹ ਹੈ ਕਿ ਐਨਡੀਪੀ ਦਾ ਸਪੀਕਰ ਕੌਣ ਹੋਊਗਾ ਐਨਡੀਪੀ ਨੂੰ ਸਪੀਕਰ ਚਾਹੀਦਾ ਬੀਸੀ ਐਨਡੀਪੀ ਨੂੰ ਇੱਕ ਨਵਾਂ ਸਪੀਕਰ ਜਿਹੜਾ ਲੈਜਿਸਲੇਚਰ ਅਸੈਂਬਲੀ ਦਾ ਚਾਹੀਦਾ ਆ ਕਿਉਂਕਿ ਉਹਨਾਂ ਨੇ ਹੁਣ ਸਰਕਾਰ ਚਲਾਉਣੀ ਹੈ ਸਪੀਕਰ ਦਾ ਰੋਲ ਕੀ ਹੁੰਦਾ ਅਸਲ ਵਿੱਚ ਸਪੀਕਰ ਨਿਊਟਰਲ ਹੁੰਦਾ ਮਤਲਬ ਉਹ ਡਿਬੇਟ ਦੇਖਦਾ ਆ ਤੇ ਉਹ ਇਹ ਦੇਖਣਾ ਹੁੰਦਾ ਉਹਨੇ ਵੀ ਰੂਲ ਫਾਲੋ ਕੀਤੇ ਜਾ ਰਹੇ ਜਿਹਦੀ ਵਾਰੀ ਉਹ ਹੀ ਬੋਲਦਾ ਜਾਂ ਉਹਦਾ ਕਰਦਾ ਸਪੀਕਰ ਉਸ ਕੇਸ ਦੇ ਵਿੱਚ ਹੀ ਵੋਟ ਪਾਉਂਦਾ ਜਦੋਂ ਟਾਈ ਹੋ ਜੇ ਇਹਦਾ ਮਤਲਬ ਇਹ ਹੁੰਦਾ ਕਿ ਐਨਡੀਪੀ ਇੱਕ ਆਪਣੇ ਬੰਦੇ ਨੂੰ ਅਪਾਇੰਟ ਕਰੂਗੀ ਸਪੀਕਰ ਤੇ ਹੁਣ ਜੇ ਐਨਡੀਪੀ 47 ਦੇ ਵਿੱਚੋਂ ਇੱਕ ਜਣੇ ਨੂੰ ਸਪੀਕਰ ਬਣਾ ਦਿੰਦੀ ਜਿਹੜਾ ਕਿ ਨਿਊਟਰਲ ਆ ਤੇ ਇਹਨਾਂ ਕੋਲੇ 46 ਸੀਟਾ ਰਹਿ ਜਾਂਦੀਆਂ ਹੁਣ ਐਨਡੀਪੀ ਦੂਜੇ ਪਾਸੇ ਦੇਖ ਰਹੀ ਹੈ ਇਹਨਾਂ ਨੇ ਕਹਿੰਦੇ ਪੈਟਰਨ ਜਿਹੜਾ ਹੈਗਾ ਆਪਣੇ ਇਅਨ ਪੈਟਰਨ ਡੈਲਟਾ ਸਾਊਥ ਤੋਂ ਉਹਦੇ ਤੱਕ ਅਪਰੋਚ ਕੀਤੀ ਆ ਤੇ ਉੱਥੇ ਜਿਹੜੀ ਯਾਨ ਪੈਟਰਨ ਡੈਲਟਾ ਸਾਊਥ ਤੋਂ ਵੀ ਜੇ ਉਹ ਸਪੀਕਰ ਬਣ ਸਕਦਾ ਕਿਉਂਕਿ ਐਨ ਡੀ ਪੀ ਇੱਕ ਸੀਟ ਨਹੀਂ ਗਵਾਉਣਾ ਚਾਹੁੰਦੀ ਯਾਨ ਪੈਟਰਨ ਨੇ ਨਾ ਕਰ ਦਿੱਤੀ ਆ ਉਹ ਕਹਿੰਦਾ ਵੀ ਨਹੀਂ ਉਹਦੀ ਡਿਊਟੀ ਜਿਹੜੀ ਆ ਇਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਦੀ ਆ ਤੇ ਜਿਹੜੇ ਹੋਰ ਇੱਥੇ ਹੈਗੇ ਫਾਰਮਰਸ ਜਾਂ ਰੈਂਚਰ ਉਹਨਾਂ ਨੂੰ ਨੇ ਰਿਪਰੈਜ਼ੈਂਟ ਕਰਨਾ ਆ ਉਹਦਾ ਥਿਊ ਹੈਗਾ ਸਪੀਕਰ ਦਾ ਰੋਲ ਦਾ ਕਿ ਇਹ ਰੂਲਿੰਗ ਪਾਰਟੀ ਦੇ ਉੱਤੇ ਹੁੰਦਾ ਕਿ ਸਪੀਕਰ ਆਪਣੇ ਮੈਂਬਰ ਦੇ ਵਿੱਚੋਂ ਚੂਜ਼ ਕਰੇ ਜਾਂ ਕੀ ਕਰੇ ਹੁਣ ਜਾਂ ਤੇ ਇਹ ਕਰਨ ਵੀ ਇਹ ਵਿਰੋਧੀ ਪਾਰਟੀ ਚੋਂ ਕਿਸੇ ਨੂੰ ਸਪੀਕਰ ਬਣਾ ਦੇ ਬਣ ਸਕਦਾ ਹੈ اپੋਜੀਸ਼ਨ ਦਾ ਸਪੀਕਰ ਪਰ ਹੁੰਦਾ ਬਹੁਤ ਘੱਟ ਆ ਪੋਸੀਬਲ ਹੈਗਾ ਆ ਸੋ ਜਿਹੜਾ ਪਰੇ ਵੀ ਨਹੀਂ ਹੈ ਕਿ ਬਣ ਨਹੀਂ ਸਕਦਾ ਪੋਜੀਸ਼ਨ ਦਾ ਐਮਐਲਏ ਜਿਹੜਾ ਸਪੀਕਰ ਆ ਸਪੀਕਰ ਵਜੋਂ ਸਰਵ ਕਰਦੇ ਲਈ ਜਿਹੜੀ ਲਾਸਟ ਟਾਈਮ ਇਹ 2017 ਦੇ ਵਿੱਚ ਜਦੋਂ BC ਲਿਬਰਲ ਦਾ ਰੋਲ ਸੀਗਾ ਉਸ ਵੇਲੇ ਕੰਜ਼ਰਵੇਟਿਵ ਜਿਹੜੇ ਆ ਇਹਨੂੰ ਐਕਸੈਪਟ ਨਹੀਂ ਕਰਨਗੇ ਲੱਗਦਾ ਜਿਹੜੀ ਪੈਟਰਨ ਨੇ ਜਿਹੜੀ ਗੱਲਬਾਤ ਅਸੀਂ ਆਨ ਪੈਟਰਨ ਨੇ ਕਿ ਕੰਜ਼ਰਵਟਿਵ ਇਹਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਕਿ ਉਹ ਕੋਈ ਸਪੀਕਰ ਬਣਨ ਜਾਂ ਇਹਦੇ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਹੈ ਸੋ ਉਹਦਾ ਕਿਉਂਕਿ ਇਹ ਜਿਹੜਾ ਮਤਲਬ ਇਹਦਾ ਮਤਲਬ ਸਿੱਧਾ ਹੀ ਐਨਡੀਪੀ ਨੂੰ ਸਪੋਰਟ ਆ ਤੇ ਇਹਦੇ ਨਾਲ ਪਾਰਟੀ ਦੇ ਵਿੱਚ ਵੀ ਕਨਫਲਿਕਟ ਹੋ ਸਕਦਾ ਆ ਹੋਰ ਐਮਐਲਏ ਨੇ ਐਲਨੋ ਸਟਰ ਕੋ ਇਥੋਂ ਉਹਨਾਂ ਨੇ ਵੀ ਕਿਹਾ ਕਿ ਨਹੀਂ ਪਰ ਉਹ ਕਹਿੰਦੇ ਵੀ ਇਹ ਅਸੀਂ ਨਾ ਕਰਦੇ ਆ ਕਿ ਇੱਕ ਜਿਹੜਾ ਨਹੀਂ ਇਸ ਪਾਸੇ ਜਾਣਾ ਚਾਹੀਦਾ ਕਿਉਂਕਿ ਜੇ ਉਹਨਾਂ ਦਾ ਇੱਕ ਕਨਸਰਵੇਟਿਵ ਦਾ ਐਮਐਲਏ ਸਪੀਕਰ ਬਣ ਜਾਂਦਾ ਤਾਂ ਉਹਨਾਂ ਦੀ ਇੱਕ ਸੀਟ ਹੋਰ ਘਟ ਜਾਂਦੀ ਸਪੀਕਰ ਨਿਊਟਰਲ ਹੁੰਦਾ ਕੋਸ਼ ਕੇਸਸ ਦੇ ਵਿੱਚ ਹੀ ਉਹ ਵੋਟ ਪਾ ਸਕਦਾ ਸੋ ਇਹ ਵੀ ਮਾਮਲਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਸਪੀਕਰ ਦੇ ਲਈ ਹੁਣ ਜਿਹੜਾ ਨਾਂ ਸੁਝਾਏ ਜਾ ਰਹੇ ਆ ਐਨਡੀਪੀ ਆਪਣੇ ਵਿੱਚੋਂ ਕੋ ਚੁਣ ਸਕਦੀ ਜਿਵੇਂ ਰਾਜ ਚੋਹਾਨ ਜਿਨ੍ਹਾਂ ਨੇ ਸਪੀਕਰ ਵਜੋਂ ਕੰਮ ਕੀਤਾ ਪਹਿਲਾ ਜਾਂ ਜਿਹੜੇ ਸਪੈਂਸਰ ਚੰਦਰਾ ਹੈਬਰਟ ਆ ਉਹ ਵੀ ਪਹਿਲੀ ਜਿਹੜੀ ਐਲਜੀਬੀਟੀਕਿਊ ਸਪੀਕਰ ਬਣ ਸਕਦੀ ਹੈ ਸੋ ਗ੍ਰੀਨ ਪਾਰਟੀ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਵੀ ਦੋ ਐਮਐਲਏਆਂ ਦੇ ਵਿੱਚੋਂ ਕਿਸੇ ਨੂੰ ਸਪੀਕਰ ਦੇ ਰੋਲ ਲਈ ਅਪਰੂਵ ਕੀਤਾ ਜਾ ਸਕਦਾ ਜਾਂ ਨਹੀਂ ਪਰ ਮਾਮਲਾ ਇਸ ਵਾਰੀ ਬਿਲਕੁਲ ਵੱਖਰਾ ਹੈ ਤੇ ਚਰਚਾ ਦੇ ਵਿੱਚ ਆ ਦੇਖੋ ਕੀ ਇਸ ਮਾਮਲੇ ਦੇ ਵਿੱਚ ਹੁੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ